ਤੁਸੀਂ ਜੁੜੇ ਹੋ ਜਨ ਹਿਤੈਸ਼ੀ ਨਾਲ। ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ। ਗੱਲ ਕਰੀਏ 2022 ਚੋਣਾਵਾਂ ਦਾ ਮਾਹੌਲ ਗਰਮ ਹੋ ਚੁੱਕਾ। ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ। ਗੱਲ ਕਰੀਏ ਕਾਂਗਰਸ ਦੀ ਤਾਂ ਕਾਂਗਰਸ ਵਿੱਚ ਪਿਛਲੇ ਦਿਨਾਂ ਤੋਂ ਲਈਏ ਤਾਂ ਗੱਲ ਇਹ ਚੱਲੀ ਆ ਰਹੀ ਹੈ ਕਿ ਜਿਹੜੇ ਸੀਨੀਅਰ ਲੀਡਰ ਹੈ ਜਾਂ ਜੋ ਪੁਰਾਣੇ ਚਿਹਰੇ ਹੈ ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ। ਤਾਂ ਇਸ ਗੱਲ ਨੂੰ ਲੈ ਕੇ ਕਈ ਨਵੇਂ ਚਿਹਰੇ ਸਾਹਮਣੇ ਆਉਂਦੇ ਆ, ਉਹ ਟਿਕਟ ਦੀ ਮੰਗ ਕਰ ਰਹੇ ਹਨ। ਅੱਜ ਸਾਡੇ ਨਾਲ ਸਨੋਰ ਹਲਕੇ ਤੋਂ ਧਨਵੰਤ ਸਿੰਘ ਜਿਮੀ ਟਕਾਲਾ ਜੀ ਹੈਗੇ ਆ, ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਇਹ ਵੀ ਟਿਕਟ ਦੀ ਮੰਗ ਕਰ ਰਹੇ ਆ ਆਪਣੇ ਹਲਕੇ ਤੋਂ। ਪਹਿਲਾਂ ਇਹਨਾਂ ਦਾ ਤਾਰੁਫ ਕਰਾ ਦਈਏ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਵਜੋਂ ਇਹ ਕੰਮ ਕਰ ਰਹੇ ਹਾਂ। ਪਿਛਲੇ 14 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਹਾਂ, ਆਪਣੇ ਇਲਾਕੇ ਨੂੰ ਲੈ ਕੇ ਇੱਕ ਵਾਰ ਫਿਰ ਸਰਗਰਮ ਹੋਏ ਹਾਂ, ਟਿਕਟ ਦੀ ਮੰਗ ਕਰਦੇ ਹਾਂ। ਹਾਲਾਂਕਿ ਰਸਤਾ ਆਸਾਨ ਨਹੀਂ ਹੋਏਗਾ। ਗੱਲ ਕਰਾਂਗੇ ਕਿਸ ਆਧਾਰ 'ਤੇ ਜਾਂ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ। ਜਿਵੇਂ ਜੀ, ਪਹਿਲਾਂ ਤਾਂ ਤੁਹਾਡਾ ਜਨ ਹਿਤੈਸ਼ੀ ਜਨ 'ਤੇ ਸਵਾਗਤ ਹੈ। ਪੁਰਾਣੇ ਜਿਹੜੇ ਪਹਿਲੇ MLA ਹੈ, ਸ਼੍ਰੋਮਣੀ ਅਕਾਲੀ ਦਲ ਦੇ ਹੈ, ਵੱਡਾ ਪਿੱਛੋਂ ਪਿਛੋਕੜ ਦੇਖਿਆ ਵੱਡਾ ਹੈ। ਉਸ ਤੋਂ ਬਾਅਦ ਹਰਿੰਦਰਪਾਲ ਸਿੰਘ ਖੈਰੀਮਾਨ, ਜੋ ਇਸ ਟਾਈਮ ਮੁੱਖ ਦਾਅਵੇਦਾਰੀ ਪੇਸ਼ ਕਰ ਰਹੇ ਹਾਂ ਕਾਂਗਰਸ ਦੀ, ਤੁਸੀਂ ਵੀ ਕਾਂਗਰਸ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹੋ, ਕਈ ਨਾਮ ਹੋਰ ਵੀ ਸਾਹਮਣੇ ਆ ਰਹੇ ਹਾਂ, ਕਿਸ ਤਰ੍ਹਾਂ ਦੇਖਦੇ? ਸਭ ਤੋਂ ਪਹਿਲਾਂ ਤਾਂ ਕੋਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਅਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਲੋਹੜੀ ਦੀਆਂ ਸਭ ਨੂੰ ਮੁਬਾਰਕਾਂ। ਅਤੇ ਜਿਵੇਂ ਤੁਸੀਂ ਮੈਨੂੰ ਸਵਾਲ ਪੁੱਛਿਆ, ਦੇਖੋ ਚੰਦੂ ਮਾਜਰਾ ਸਾਹਿਬ ਵੀ ਨੇ, ਹੈਰੀਮਾਨ ਸਾਹਿਬ ਨੇ, ਵੱਡੇ ਨੇ, ਸੀਨੀਅਰ ਨੇ, ਹੈ ਨਾ। ਅਤੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੂੰਗਾ ਵੀ ਮੈਂ ਜਿਹੜੀ ਮੇਰੀ ਪੋਲੀਟਿਕਸ 'ਚ ਜਿਹੜਾ ਮੇਰਾ ਸਫ਼ਰ ਰਿਹਾ ਨਾ ਜੀ, ਮੈਂ ਸ਼ੁਰੂ ਤੋਂ ਹੀ ਇਹ ਸਹਿੰਦਾ ਆਇਆ, ਮੈਂ ਇਹ ਲੜਾਈ ਲੜਦਾ ਆਇਆ। ਮੈਂ ਦੇਖੋ ਇੱਕ ਲੜਾਈ ਤਾਂ ਵਿਰੋਧੀਆਂ ਨਾਲ ਜੋ ਲੜੀ ਹੈ ਓਪੋਜੀਸ਼ਨ ਨਾਲ ਲੜਨੀ ਪੈਂਦੀ ਹੈ, ਹਰ ਪੋਲੀਟੀਸ਼ਨ ਲੜਦਾ, ਪਰ ਮੈਂ ਇੱਕ ਲੜਾਈ ਆਪਣਿਆਂ ਨਾਲ ਵੀ ਲੜੀ ਹੈ। ਇਹ ਸ਼ਾਇਦ ਤਾਂ ਹੋਇਆ ਕਿਉਂਕਿ ਜਿਹੜੀ ਸਿਸਟਮ ਦੇ ਵਿੱਚ ਮੈਂ ਆਇਆ, ਰਾਹੁਲ ਗਾਂਧੀ ਜੀ ਸਾਨੂੰ ਆਮ ਘਰਾਂ ਦੇ ਨੌਜਵਾਨਾਂ ਨੂੰ ਲੈ ਕੇ ਆਏ, ਸ਼ੁਰੂ ਦੇ ਵਿੱਚ ਹੀ ਮੈਨੂੰ ਇਹ ਚੀਜ਼ਾਂ ਰਿਲਾਈਜ਼ ਹੋ ਗਈਆਂ ਸੀ ਵੀ ਦੇਖੋ ਇੱਥੇ ਜੇ ਆਪਣੀ ਜਗ੍ਹਾ ਬਣਾਉਣੀ ਹੈ ਲੜਨਾ ਪੈਣਾ। ਇਹ ਰਾਹੁਲ ਜੀ ਨੇ ਰਸਤਾ ਤਾਂ ਖੋਲ੍ਹਤਾ, ਹੈ ਨਾ, ਸਾਡੇ ਲਈ ਇਹੀ ਬਹੁਤ ਵੱਡੀ ਗੱਲ ਹੈ, ਪਰ ਜੇ ਇਹਦੇ ਸਰਵਾਈਵ ਕਰਨਾ ਤੁਹਾਨੂੰ ਲੜਨਾ ਪਊਗਾ। ਸੋ ਮੈਨੂੰ ਇਹ ਆਦਤ ਪੈ ਚੁੱਕੀ ਹੈ, ਮੈਨੂੰ ਪਤਾ ਵੀ ਮੈਨੂੰ ਬਾਹਰਲਿਆਂ ਤੋਂ ਦਾ ਜੋ ਹੈ ਵੀ ਆਪਣਿਆਂ ਨੇ ਵੀ ਨਹੀਂ ਐਵੇਂ ਕਰਨਾ, ਸੋ ਹੁਣ ਤਾਂ ਯੂਜ਼ ਟੂ ਹੋ ਗਏ ਕੋਲੀ ਦਾ। ਤੁਸੀਂ ਤਾਂ ਸਵਾਲ ਆਪਣੇ ਆਪ ਇੱਕ ਸਵਾਲ ਜਿਹੜਾ ਕੀਤਾ, ਜਵਾਬ ਵੀ ਦਿੱਤਾ, ਸਵਾਲ ਵੀ ਹੋ ਗਿਆ ਕਿ ਆਸਾਨ ਰਸਤਾ ਨਹੀਂ ਹੈਗਾ ਕਿਉਂਕਿ ਕਾਂਗਰਸ ਦੇ ਵਿੱਚ ਪੁਰਾਣੇ ਘਾਗ ਬੈਠੇ ਆ, ਵੱਡੀਆਂ ਵੱਡੀਆਂ ਹਸਤੀਆਂ ਬੈਠੀਆਂ, ਸਭ ਤੋਂ ਪੁਰਾਣੀ ਪਾਰਟੀ ਹੈ, ਤਾਂ ਕਿਤੇ ਨਾ ਕਿਤੇ ਤੁਹਾਨੂੰ ਜਗ੍ਹਾ ਬਣਾਉਣੀ ਪਏਗੀ। ਸੋਚ ਵਧੀਆ ਸੀ, ਪਰ ਹੁਣ ਜਿਹੜਾ ਮਾਹੌਲ ਬਣਿਆ ਇਸ ਸਮੇਂ ਕਾਂਗਰਸ ਦਾ, ਜਿਹੜਾ ਪੰਜਾਬ ਦੇ ਵਿੱਚ ਹਾਲਾਤ ਹੋਏ ਆ, ਲਗਾਤਾਰ 2 ਮੁੱਖ ਮੰਤਰੀ ਚੇਂਜ ਹੋ ਗਏ, ਮੁੱਖ ਮੰਤਰੀ ਦੂਜਾ ਆ, ਉਸ ਤੋਂ ਬਾਅਦ ਪਾਰਟੀਬਾਜ਼ੀ ਦੇਖਣ ਨੂੰ ਮਿਲੀ ਹੈ, ਪਾਰਟੀ ਦੇ ਪ੍ਰਧਾਨ ਹੋ ਰਹੇ, ਕਿਸ ਤਰ੍ਹਾਂ ਦੇ ਰਿਸ਼ਤੇ ਹੈ, ਲੱਗਦਾ ਵੀ ਤੁਹਾਨੂੰ ਯੂਥ ਨੂੰ ਅੱਗੇ ਆਉਣ ਦੀ ਇਹ ਸਮਾਂ ਵਧੀਆ ਹੈਗਾ ਜਾਂ ਚਾਂਸ ਬਣ ਸਕਦੇ ਆ ਟਿਕਟ ਮਿਲਣ ਦੇ? ਦੇਖੋ ਜਿਹੜਾ ਰਾਹੁਲ ਜੀ ਨੇ ਮਤਲਬ ਪਲਾਨ ਲੈ ਕੇ ਆਏ ਸੀ 2008 ਦੇ ਵਿੱਚ, ਰਵਨੀਤ ਬਿੱਟੂ ਜੀ ਪਹਿਲੀ ਵਾਰ ਪ੍ਰਧਾਨ ਬਣੇ ਸੀ ਉਹਦੇ, ਮੈਂ ਕਹਿੰਦਾ ਵੀ ਜਿਹੜਾ ਉਹ ਮਾਸਟਰ ਪਲਾਨ ਰਾਹੁਲ ਜੀ ਲੈ ਕੇ ਆਏ ਸੀ ਉਹਨੂੰ ਅੱਜ ਅਮਲੀ ਜਾਮਾ ਪਹਿਚਾਉਣ ਦਾ ਜਾਂ ਉਹਨੂੰ ਵਾਕਈ ਮਤਲਬ ਲੈ ਕੇ ਆਉਣ ਦਾ ਸਮਾਂ ਹੀ ਇਹ ਹੈ। ਅੱਜ ਪੰਜਾਬ ਚੇਂਜ ਮੰਗਦਾ, ਰਾਹੁਲ ਜੀ ਵੀ ਚੇਂਜ, ਕਾਂਗਰਸ ਪਾਰਟੀ ਵੀ ਚੇਂਜ ਕਰਨ ਦੇ ਮੂਡ 'ਚ ਹੈ, ਰਵਾਇਤੀ ਲੋਕਾਂ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਵਾਲਾ ਆਪਣੇ ਕੋਲ ਐਗਜ਼ਾਮਪਲ ਹੈਗਾ। ਅਤੇ ਪਰ ਹੁਣ ਪਾਰਟੀ ਉਹੀ ਦੇਖ ਰਹੀ ਹੈ ਵੀ ਉਹ ਕੌਣ ਲੋਕ ਨੇ ਵੀ ਜਿਹੜੇ, ਤੁਸੀਂ ਦੇਖੋ ਮੈਂ 2008 ਤੋਂ ਸ਼ੁਰੂ ਕੀਤਾ ਸੀ, ਤੁਸੀਂ ਲਾ ਲਓ ਵੀ ਅੱਜ 22 ਹੋ ਗਈ, ਤੁਸੀਂ ਦੇਖੋ ਵੀ 14 ਸਾਲ ਦਾ ਸਫ਼ਰ ਤਾਂ ਮੇਰਾ ਯੂਥ ਕਾਂਗਰਸ ਦੀਆਂ 4 ਇਲੈਕਸ਼ਨਾਂ ਲੜਦੀਆਂ। ਸੋ ਹੁਣ ਇਹ ਤੋਂ ਜ਼ਿਆਦਾ ਫਿਰ ਬੰਦਾ ਪ੍ਰਪੇਅਰ ਹੋਊਗਾ ਵੀ ਕਿਵੇਂ, ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਵੀ ਪਾਂਡਵਾਂ ਨੇ ਬਨਵਾਸ ਕੱਟਿਆ ਸੀ 12 ਸਾਲ, 1 ਸਾਲ ਅਗਿਆਤਵਾਸ 'ਚ, ਅਤੇ ਭਗਵਾਨ ਰਾਮ ਨੇ 14 ਸਾਲ ਬਨਵਾਸ, ਹੈ ਨਾ, ਫਿਰ ਮਤਲਬ ਉਹ ਆ ਕੇ ਰਾਵਣ ਨਾਲ ਲੜੇ। ਸੋ ਅੱਜ ਅਸੀਂ ਜੇ ਮੋਦੀ ਨੂੰ ਰੋਕਣਾ, ਅੱਜ ਪੂਰੇ ਦੇਸ਼ ਨੂੰ ਉਹਨੇ ਕੀ ਬਣਾ ਰੱਖਿਆ ਆਪਾਂ ਨੂੰ ਪਤਾ ਹੀ ਹੈ ਵੀ ਜੇ ਮੋਦੀ ਨੂੰ ਰੋਕਣਾ, ਸੋ ਮੈਂ ਅਤੇ ਮੇਰੇ ਜੇ ਹੋਰ ਬਹੁਤ ਨੌਜਵਾਨ ਨੇ ਜਿਹੜੇ ਕਾਂਗਰਸ ਪਾਰਟੀ ਦਾ ਰਾਹੁਲ ਜੀ ਦਾ ਝੰਡਾ ਚੱਕ ਕੇ ਮੋਦੀ ਨਾਲ ਲੜਾਈ ਲੜਨਾ ਚਾਹੁੰਦੇ, ਅੱਜ ਮਹਾਂਭਾਰਤੀ ਹੈ, ਅੱਜ ਜੇ ਭਾਰਤ ਨੂੰ ਬਚਾਉਣਾ ਅਸੀਂ ਮੋਦੀ ਵਰਗੀ ਤਾਕਤ ਤੋਂ, ਸੋ ਅਸੀਂ ਉਹ ਮਹਾਂਭਾਰਤ ਰਾਹੁਲ ਜੀ ਦਾ ਝੰਡਾ ਚੱਕ ਕੇ ਲੜਨਾ ਚਾਹੁੰਦੇ ਹਾਂ ਅਤੇ ਅਸੀਂ ਅੱਜ ਪ੍ਰਪੇਅਰ ਵੀ ਹਾਂ। ਗੱਲ ਕਰੀਏ ਹਰਿੰਦਰਪਾਲ ਸਿੰਘ ਚੰਦੂ ਮਾਜਰਾ, ਜਿਹੜੇ ਮੌਜੂਦਾ MLA ਸਨੋਰ ਦੇ ਹੈਗੇ ਆ, ਉਹਨਾਂ ਨੇ ਕਿਹਾ ਕਿ ਸਨੋਰ ਦੇ ਵਿੱਚ ਕੋਈ ਐਸਾ ਕੰਮ ਨਹੀਂ ਜਿਹੜਾ ਨਹੀਂ ਕਰਵਾਇਆ ਗਿਆ। ਦੂਸਰੇ ਪਾਸੇ ਹਰਿੰਦਰਪਾਲ ਸਿੰਘ ਹੈਰੀਮਾਨ ਜਿਹੜੇ ਲਗਾਤਾਰ ਪਿਛਲੀਆਂ ਸੁਰਖੀਆਂ ਵਿੱਚ ਰਹੇ ਆ ਵੀ ਸਨੋਰ ਦੇ ਵਿੱਚ ਜਿਹੜੇ ਪੁਲਾਂ ਦਾ ਨਿਰਮਾਣ ਹੈ, ਸੀਵਰੇਜ ਨੂੰ ਲੈ ਕੇ ਉਹਨਾਂ ਨੇ ਇਲਾਕੇ ਦੇ ਵਿੱਚ ਬਹੁਤ ਕੰਮ ਕਰਾਇਆ, ਤੁਹਾਨੂੰ ਲੱਗਦਾ ਵੀ ਕਾਂਗਰਸ ਹਰਿੰਦਰਪਾਲ ਹੈਰੀਮਾਨ ਵਰਗੇ ਵੱਡੇ ਚਿਹਰੇ ਨੂੰ ਛੱਡ ਕੇ ਤੁਹਾਨੂੰ ਮੌਕਾ ਦੇਗੀ? ਦੇਖੋ ਜਦੋਂ ਪਰਿਵਰਤਨ ਹੁੰਦਾ, ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਚਿਹਰਾ ਤਾਂ ਕੋਈ ਹੈ ਨਹੀਂ, ਚੰਨੀ ਸਾਹਿਬ ਨੂੰ ਕੋਈ ਸੋਚਦਾ ਨਹੀਂ ਸੀ ਵੀ CM ਬਣਾ ਦੂਗਾ, ਕੋਈ ਗੱਲ ਵੀ ਨਹੀਂ ਕਰਦਾ ਹੁੰਦਾ ਸੀ। ਅਤੇ ਰਹੀ ਗੱਲ ਜਿਹੜਾ ਆਪਾਂ ਵਿਕਾਸ ਦੀ ਗੱਲ ਕਰਦੇ ਹਾਂ, ਮੈਂ ਤੁਹਾਨੂੰ ਕਹਿ
ਵੀ ਮੈਂ ਪਹਿਲਾਂ ਵੀ ਬੜੀ ਇੰਟਰਵਿਊਆਂ 'ਚ ਗੱਲ ਕਰਦਾ ਹੁੰਦਾ, ਜੇ ਤੁਸੀਂ ਸੀਵਰੇਜਾਂ 'ਤੇ ਹੀ ਬੈਠੋਗੇ ਤਾਂ ਬੇਸਿਕ ਨੀਡ ਨੇ, ਇਹ ਕਿਹੜੀ ਤਰੱਕੀ ਆ? ਹਜੇ ਵੀ ਲੋਕਾਂ ਦੀਆਂ ਸੀਵਰੇਜ ਤਾਂ ਸਰਕਾਰ ਨੇ ਪੈਸਾ ਦੇਣਾ, ਸੀਵਰੇਜ ਦੇਖੋ ਉਹੀ ਗੱਲ ਆ ਗਈ ਨਾ, ਆਪਾਂ ਹਜੇ ਗਲੀਆਂ ਨਾਲੀਆਂ 'ਤੇ ਬੈਠੇ ਹਾਂ, ਉਹਨੂੰ ਵੀ ਤਰੱਕੀ ਦੱਸੀ ਜਾਂਦੇ ਨੇ, ਅਤੇ ਚੰਦੂ ਮਾਜਰਾ ਸਾਹਿਬ ਕਹਿੰਦੇ ਨੇ ਉੱਥੇ ਹੋਇਆ ਕੀ ਹੈ? ਲੋਕਾਂ ਨੂੰ ਤਾਂ ਸਗੋਂ ਉਲਟਾ ਬੇਸਿਕ ਚੀਜ਼ਾਂ ਤੱਕ ਨਹੀਂ ਮਿਲਦੀਆਂ, ਪੈਨਸ਼ਨਾਂ ਨਹੀਂ ਮਿਲਦੀਆਂ ਗਰੀਬਾਂ ਨੂੰ, ਜੋ ਉਹਨਾਂ ਦਾ ਹੱਕ ਹੈ ਲੋਕਾਂ ਨੂੰ, ਰਾਸ਼ਨ ਕਾਰਡ ਲੋਕਾਂ ਦੇ, ਮਤਲਬ ਜਿਹੜੇ ਲੋਕ ਤਾਂ ਵਿਚਾਰੇ ਡਿਜ਼ਰਵਿੰਗ ਨੇ, ਗਰੀਬ ਲੋਕ ਨੇ ਜਿਨ੍ਹਾਂ ਲਈ ਇਹ ਸਹੂਲਤਾਂ ਨੇ, ਉਹਨਾਂ ਨੂੰ ਤਾਂ ਮਿਲਦਾ ਨਹੀਂ। ਜਿਨ੍ਹਾਂ ਕੋਲ ਮੈਂ ਦੇਖਿਆ, ਮੈਂ ਬੜੀ ਕਲੀਅਰਲੀ ਹਮੇਸ਼ਾ ਇੱਕ ਗੱਲ ਕਰਦਾ, ਜਿਹੜੇ ਲੋਕਾਂ ਕੋਲ ਜ਼ਮੀਨਾਂ ਨੇ ਹੈ ਨਾ, ਉਹਨਾਂ ਨੂੰ ਮਿਲੀ ਜਾਂਦੇ ਨੇ ਯਾਰ, ਇਹ ਤਾਂ ਫਿਰ ਨੇਰ ਕਰਦੀ ਹੋਈ ਹੈ, ਕੋਈ ਲੋਅ ਐਂਡ ਆਰਡਰ ਨਹੀਂ, ਮਤਲਬ ਬਸ ਜਿਹਦਾ ਵੀ ਤੱਕ ਹੀ ਹੋ ਰਿਹਾ ਬਾਈ, ਜਮੀ ਤੱਕ ਹੀ ਚੱਲ ਰਿਹਾ। ਯੂਥ ਦੀ ਵੀ ਗੱਲ ਕਰ ਲਈਏ ਤਾਂ ਨਵਜੋਤ ਸਿੰਘ ਸਿੱਧੂ ਦੇ ਵੀ ਕੁਛ ਨਜ਼ਦੀਕੀ ਜਿਹੜੇ ਹੈਗੇ ਸਨੋਰ ਹਲਕੇ ਨਾਲ ਵਾਬਸਤਾ ਹੈਗੇ ਆ, ਉਹਨਾਂ ਨੇ ਕਈ ਬੰਦੇ ਜਿਵੇਂ ਮੰਗ ਕਰਦੇ, ਸ਼ਹਿਰੀ ਰਿਆੜ ਦਾ ਨਾਮ ਵੀ ਕਹਿ ਦਈਏ ਵੀ ਪਿਛਲੇ ਕਈ ਸਮੇਂ ਤੋਂ ਉਹ ਵੀ ਸਰਗਰਮ ਹੈ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਫੀ ਪ੍ਰਚਾਰ ਕਰ ਰਿਹਾ, ਔਰ ਕਈ ਵਾਰ ਉੱਥੇ ਉਹਨਾਂ ਦੀ ਵਾਈਫ ਜਿਹੜੀ ਹੈ ਨਵਜੋਤ ਕੌਰ ਸਿੱਧੂ ਵੀ ਹਲਕੇ ਦਾ ਦੌਰਾ ਕਰ ਚੁੱਕੇ ਆ, ਤਾਂ ਕਿਤੇ ਨਾ ਕਿਤੇ ਉਹ ਵੀ ਇੱਕ ਪ੍ਰੈਜੈਂਟੇਸ਼ਨ ਆਪਣੀ ਦਿੰਦੇ ਆ। ਪਰ ਜਿਹੜੀ ਪਿਛਲੀ ਸਮੇਂ 'ਚ ਰੈਲੀ ਹੋਈ ਆ ਹੈਰੀਮਾਨ ਦੇ ਹੱਕ ਦੇ ਵਿੱਚ, ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਕੀਤੀ ਗਈ, ਬਹੁਤ ਵੱਡੀ ਰੈਲੀ ਹੋਈ ਸੀਗੀ, ਕਿਵੇਂ ਦੇਖਦੇ ਹੋ ਕਿ ਫਿਰ ਇੱਕ ਜਿਹੜਾ ਸਟੇਟ ਲੈਵਲ 'ਤੇ ਘਮਸਾਨ ਆ ਉਹ ਇੱਥੇ ਲੋਕਲ ਲੈਵਲ 'ਤੇ ਵੀ ਦੇਖਣ ਨੂੰ ਮਿਲੇਗਾ? ਨਹੀਂ ਜੀ, ਇਹ ਮੇਰੀ ਕੋਈ ਗੱਲ ਨਹੀਂ, ਐਵੇਂ ਕਿਸੇ ਦਾ ਕੋਈ ਨਾਂ ਲਈ ਜਾਓ। ਹੁਣ ਮੈਂ ਰਾਹੁਲ ਜੀ ਦੀ ਟੀਮ 'ਚ ਕੰਮ ਕਰਦਾ, ਫਿਰ ਇਹ ਹਿਸਾਬ 'ਤੇ ਤਾਂ ਫਿਰ ਮੈਨੂੰ ਤਾਂ ਘਰੇ ਬਹਿ ਜਾਣਾ ਚਾਹੀਦਾ ਸੀ, ਮੈਨੂੰ ਤਾਂ ਜੀ 4 ਬੋਰਡ ਲਾ ਕੇ, ਮੈਂ ਤਾਂ ਹੁਣ ਨਹੀਂ, ਹੁਣ ਦਾ ਕੰਮ ਤਾਂ ਮੈਂ ਛੱਡ ਹੀ ਦੇਵਾਂ, ਮੈਂ ਤਾਂ 14 ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਿਹਾ, ਰਾਹੁਲ ਜੀ ਦੀ ਟੀਮ ਦੇ ਵਿੱਚ ਆ, ਉਹ ਸਿਸਟਮ 'ਚ ਆਇਆ, ਫਿਰ ਇਹਦਾ ਮਤਲਬ ਇਹ ਬੇਸ ਦੇ ਉੱਤੇ ਟਿਕਟਾਂ ਨਹੀਂ ਮਿਲਦੀਆਂ। ਹਾਲਾਂਕਿ ਮੈਂ ਤਾਂ ਕੰਮ ਵੀ ਸੰਗਠਨ ਲਈ ਕੀਤਾ, ਮੈਂ ਖੁਦ ਲਈ ਤਾਂ ਕਦੇ ਕੰਮ ਹੀ ਨਹੀਂ ਕੀਤਾ। ਸਿੱਧੂ ਸਾਹਿਬ ਵੱਡੇ ਲੀਡਰ ਨੇ, ਉਹਨਾਂ ਨੂੰ ਸਾਰਾ ਪਤਾ। ਦੇਖੋ ਜਦੋਂ ਪਾਵਰ ਪਰਿਵਰਤਨ ਹੁੰਦਾ, ਬਹੁਤ ਲੋਕ ਹੁੰਦੇ ਨੇ ਨਾਂ, ਮਤਲਬ ਕਿਸੇ ਦੇ ਲੀਡਰ ਨੂੰ ਮੈਂ ਨਾਂ ਲਈ ਜਾਵਾਂ। ਸਿੱਧੂ ਸਾਹਿਬ ਦੀ ਤੁਸੀਂ ਹੁਣ ਰੈਲੀ ਦੀ ਗੱਲ ਕਰਕੇ ਹਟੇ ਹੋ ਆਪਣੇ ਆਪ, ਫਿਰ ਉਹ ਰੈਲੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਮੇਰਾ ਛੋਟਾ ਭਰਾ ਨਜ਼ਰ ਆਇਆ ਕਿਤੇ, ਉਹ ਆਪਣੀ ਰੈਲੀ ਉਹ ਸਿੱਧੂ ਸਾਹਿਬ ਜੀ ਉਹ ਕਰਾ ਲੈਂਦੇ ਨਹੀਂ, ਨਾਲੇ ਇਸ ਬੇਸ ਦੇ ਉੱਤੇ ਸਿੱਧੂ ਸਾਹਿਬ ਨੇ ਵੀ ਮਿਹਨਤ ਕੀਤੀ, ਉਹ ਕ੍ਰਿਕਟਰ ਵੀ ਰਹੇ ਨੇ, ਮੈਂ ਵੀ ਕ੍ਰਿਕਟਰ ਹਾਂ, ਉਹਨਾਂ ਨੇ ਖੁਦ ਮਿਹਨਤ ਕਰਕੇ, ਉਹਨਾਂ ਨੇ ਕੋਈ ਇਹ ਬੇਸ ਦੇ ਉੱਤੇ ਉਹ ਟੀਮ 'ਚ ਤਾਂ ਨਹੀਂ ਆ ਗਏ ਸੀ ਵੀ ਉਹਨਾਂ ਭਗਵੰਤ ਸਿੰਘ ਦੇ ਬੇਟੇ ਨੇ, ਉਹਨਾਂ ਨੇ ਸਟਰਗਲ ਕੀਤਾ ਨਾ, ਮਿਹਨਤ ਕੀਤੀ ਨਾ, ਫਿਰ ਉਹ ਐਵੇਂ ਦੇ ਉਹਨਾਂ ਨੂੰ ਸਾਰਾ ਕੁਝ ਪਤਾ। ਸਿੱਧੂ ਸਾਹਿਬ ਨੂੰ ਐ ਉਹ ਕਿਸੇ ਨੂੰ ਕਿਵੇਂ, ਮਤਲਬ ਸਿੱਧੂ ਸਾਹਿਬ ਦੀ ਇਮਾਨਦਾਰੀ ਤੁਸੀਂ ਦੇਖੋ, ਉਹਨਾਂ ਨੇ ਆਪਣੇ ਬੇਟੇ ਨੂੰ, ਉਹਨਾਂ ਦੀ ਵਾਈਫ ਨੂੰ ਅਹੁਦੇ ਮਿਲ ਰਹੇ ਸੀ, ਉਹਨਾਂ ਨੇ ਉਹ ਤੱਕ ਨਹੀਂ ਲਿੱਤੇ, ਤਾਂ ਇਹ ਤਾਂ ਕਿਵੇਂ ਆ ਵੀ ਉਹ ਮਤਲਬ ਕਿਸੇ ਦਾ ਹੱਕ ਜਾਂ ਮੈਰਿਟ 'ਤੇ ਨਹੀਂ ਦੇਖਣਗੇ? ਇਹ ਬਹੁਤ ਲੋਕ ਹੁੰਦੇ ਨੇ, ਸੋ ਜੇ ਤੁਸੀਂ ਮਿਹਨਤ ਕਰੀਏ ਤੁਹਾਨੂੰ ਨਾਂ ਲੈਣ ਦੀ ਲੋੜ ਹੀ ਨਹੀਂ ਪੈਂਦੀ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਦੀ ਗੱਲ ਕੀਤੀ ਹੈ, ਕਿਵੇਂ ਦੇਖਦੇ ਪੰਜਾਬ ਮਾਡਲ? ਮੈਂ ਆਪ ਕਹਿਣਾ ਵੀ ਜਿਹੜੀ ਚੀਜ਼ ਨਵਜੋਤ ਸਿੱਧੂ ਜੀ ਪੰਜਾਬ ਮਾਡਲ ਦੀ ਗੱਲ ਕਰਦੇ ਨੇ, ਮੈਂ ਖੁਦ ਕਿਸਾਨ ਹਾਂ, ਮੈਂ ਇਹ ਗੱਲਾਂ 4 ਸਾਲ ਤੋਂ, ਮੈਂ 5 ਸਾਲ ਤੋਂ ਕਰ ਰਿਹਾ, ਤਾਂ ਜਦੋਂ ਨਵਜੋਤ ਸਿੱਧੂ ਗੱਲ ਕਰਦੇ ਨੇ ਮੈਨੂੰ ਲੱਗਦਾ ਵੀ ਮੈਂ ਉਹ ਬੰਦਾ ਜਿਹੜਾ ਇਹ 'ਚ ਫਿੱਟ ਹੁੰਦਾ, ਮੈਰਿਟ ਦੇ ਆਧਾਰ 'ਤੇ ਜਿਵੇਂ ਸਿੱਧੂ ਸਾਹਿਬ ਅੱਜ ਕਹਿੰਦੇ ਨੇ ਨਵੇਂ ਲੋਕਾਂ ਨੂੰ, ਇਮਾਨਦਾਰ ਲੋਕਾਂ ਨੂੰ ਲੈ ਕੇ ਆਉਣ ਦੀ ਲੋੜ ਹੈ, ਜੇ ਸਿਸਟਮ ਨੂੰ ਤਬਦੀਲੀ ਕਰਨੀ ਹੈ, ਮਾਫੀਆਂ ਨੂੰ ਭਜਾਉਣਾ, ਤਾਂ ਫਿਰ ਉਹ ਅਸੀਂ ਲੋਕ ਆ। ਹੁਣ ਇਹ ਚੀਜ਼ ਇਹੀ ਲੋਕ ਵੀ ਦੇਖ ਰਹੇ ਨੇ ਵੀ ਟਿਕਟਾਂ ਟਾਈਮ ਕਿੰਨੇ ਕੁ ਲੋਕ ਐਵੇਂ ਦੇ ਆਉਂਦੇ ਨੇ, ਜਾਂ ਫਿਰ ਇਹੀ ਚੀਜ਼ ਹੈ ਨਾ। ਪਰ ਮੈਨੂੰ ਉਮੀਦ ਹੈ ਵੀ ਸਿੱਧੂ ਸਾਹਿਬ ਸਾਡੇ ਅਜਿਹੇ ਲੋਕਾਂ ਨੂੰ, ਮਤਲਬ ਜਾਂ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਜ਼ਰੂਰ ਲੈ ਕੇ ਆਉਣਗੇ, ਕਿਉਂਕਿ ਜੇ ਐਵੇਂ ਨਹੀਂ ਹੁੰਦਾ ਉਹੀ ਲੋਕ ਆ ਜਾਂਦੇ ਨੇ, ਫਿਰ ਆਪਾਂ ਪੰਜਾਬ ਮਾਡਲ ਦੀ ਗੱਲ ਕਿਵੇਂ ਕਰਾਂਗੇ? ਠੀਕ ਹੈ ਨਾ ਜੀ, ਜੇ ਆਪਾਂ ਉਹੀ ਲੋਕ ਫੇਰ ਆ ਗਏ ਫਿਰ ਆਪਾਂ ਕਿਹੜੇ ਪੰਜਾਬ ਮਾਡਲ? ਲੋਕਾਂ ਨੇ ਯਕੀਨ ਹੀ ਨਹੀਂ ਕਰਨਾ। ਅਸਲ 'ਚ ਗੱਲ ਟਿਕਟ ਨਹੀਂ, ਟਿਕਟ ਦੇ ਬਾਅਦ ਇੱਕ ਜਿਹੜੀ ਚੀਜ਼ ਹੈ ਵੋਟ, ਲੋਕਾਂ ਦੀ ਵੋਟ ਵੀ ਉਹ ਤਾਂ ਪਊਗੀ ਨਾ ਜੇ ਤੁਸੀਂ ਕੁਛ ਇਹੋ ਜਿਹਾ ਡਿਫਰੈਂਟ ਕਰੋਗੇ, ਤਾਂ ਲੋਕ ਵੋਟ ਪਾਉਣਗੇ। ਗੱਲਾਂ ਤਾਂ ਅਗਲਾ ਕਹੂਗਾ, ਗੱਲਾਂ ਮੈਂ ਕੁਛ ਮਰਜ਼ੀ ਕਹਾਂ, ਬਥੇਰੇ ਲੋਕ ਹੁਣ ਤੱਕ ਲੀਡਰ ਝੂਠ ਹੀ ਤਾਂ ਬੋਲਦੇ ਆਏ ਨੇ, ਸੋ ਗੱਲਾਂ ਨਾਲ ਨਹੀਂ ਕੁਛ ਹੁੰਦਾ। ਹਲਕੇ ਦੀ ਗੱਲ ਕਰੀਏ, ਚਲੋ ਤੁਹਾਡੀ ਪੰਜਾਬ 'ਚ ਆਪਾਂ ਕਾਂਗਰਸ ਦੀ ਗੱਲ ਕੀਤੀ ਹੈ, ਸਨੋਰ ਹਲਕੇ 'ਚ ਆਮ ਆਦਮੀ ਪਾਰਟੀ ਨੇ ਆਪਣਾ ਟਿਕਟ ਅਨਾਊਂਸ ਕਰ ਦਿੱਤੀ ਹੈਗੀ ਹੈ, ਤੁਹਾਡਾ ਨਾਂ ਲੱਗਦਾ ਹਲਕਾ ਘਨੌਰ ਵੀ ਹੈਗਾ, ਸਨੋਰ ਤੋਂ ਦੋਨੋਂ ਪਿਤਾ ਔਰ ਬੇਟਾ ਉਹਨਾਂ ਦੇ ਦੋਨੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪ੍ਰੋਫੈਸਰ ਚੰਦੂਮਾਜਰਾ ਲੜ ਰਹੇ ਹਾਂ, ਇੱਧਰੋਂ ਫਿਲਹਾਲ ਟਿਕਟ ਕਲੀਅਰ ਨਹੀਂ ਹੈਗੀ ਆਪਣੀ ਕਾਂਗਰਸ ਦੀ, ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਸਨੋਰ ਹਲਕੇ ਦਾ? ਜੇ ਜਿਵੇਂ ਹਰਮੀਤ ਪਠਾਨ ਮਾਜਰਾ ਆਮ ਆਦਮੀ ਪਾਰਟੀ ਤੋਂ ਇਸ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਦਾ ਮਾਹੌਲ ਚੱਲ ਰਿਹਾ, ਕਿਸ ਤਰ੍ਹਾਂ ਦੇਖਦੇ ਹੋ, ਕਿਸ ਤਰ੍ਹਾਂ ਦਾ ਚੁਣਾਵ ਰਹੇਗਾ? ਦੇਖੋ ਜੀ, ਪਹਿਲਾਂ ਤਿਆਰੀ ਦੀ ਗੱਲ ਕਰਦਾ, ਮੈਂ ਆਮ ਆਦਮੀ ਨੇ ਦੱਸ ਦਿੰਦਾ, ਪੰਜਾਬੀ ਸਾਡੇ ਬੜੇ ਇੰਟੈਲੀਜੈਂਟ ਨੇ, ਪੜ੍ਹੇ ਲਿਖੇ ਨੇ, ਮਿਹਨਤੀ ਵੀ ਨੇ, ਸਕੀਮੀ ਵੀ ਨੇ। ਆਮ ਆਦਮੀ ਵਾਲਿਆਂ ਨੂੰ ਆਪਣੇ ਪੰਜਾਬੀਆਂ ਨੇ ਪਿਛਲੀ ਵਾਰ ਓਪੋਜੀਸ਼ਨ 'ਚ ਲਿਆ ਕੇ ਚੈੱਕ ਕਰ ਲਿਆ, ਅਤੇ ਜੋ ਰਿਜ਼ਲਟ ਰਿਹਾ ਸਭ ਨੇ ਦੇਖਿਆ ਹੀ ਆ। ਅਤੇ ਰਹੀ ਗੱਲ ਮੇਰੀ ਤਿਆਰੀ ਦੀ, ਜਿਵੇਂ ਦੂਜੀਆਂ ਤੁਸੀਂ ਟਿਕਟਾਂ ਕਹਿੰਦੇ ਹੋ ਵੀ ਹੋ ਗਈਆਂ, ਦੇਖੋ ਮੈਂ ਲੋਕ ਸਭਾ ਪ੍ਰਧਾਨ ਹੁੰਦੇ ਹੋਏ 9 ਹਲਕਿਆਂ ਦੇ ਵਿੱਚ ਕੰਮ ਕਰਿਆ, ਮੈਂ ਗਰਾਊਂਡ 'ਤੇ ਕੰਮ ਕਰਦਾ ਰਿਹਾ, ਮੇਰੇ ਆਲਰੇਡੀ ਮੈਂ ਇਹ ਹਲਕੇ ਦੇ ਵਿੱਚ ਬਹੁਤ ਨੌਜਵਾਨਾਂ ਨੂੰ, ਕਿਸੇ ਨੂੰ ਸੈਕਟਰੀ ਜਨਰਲ,
पर ਇਹਦੇ ਬਾਵਜੂਦ ਵੀ ਮੈਂ ਪਿਛਲੇ 4 ਮਹੀਨੇ ਤੋਂ ਗਰਾਊਂਡ ਦੇ ਉੱਤੇ ਕੰਮ ਕਰ ਰਿਹਾ। ਮੈਨੂੰ ਟਿਕਟ ਜਦੋਂ ਮਰਜ਼ੀ ਅਨਾਉਂਸ ਹੋਵੇ, ਚਾਹੇ ਮੈਨੂੰ ਤਾਂ 15 ਦਿਨ ਪਹਿਲਾਂ ਟਿਕਟ ਦੇ ਦੇਣ, ਮੇਰੀ ਤਾਂ ਤਿਆਰੀ ਹੈ। ਮੈਂ ਹਲਕੇ ਨੂੰ ਜਿਵੇਂ ਬਹਾਦਰਗੜ੍ਹ ਜ਼ੋਨ, ਸਨੌਰ ਜ਼ੋਨ, ਦੇਵੀਗੜ੍ਹ ਜ਼ੋਨ, ਪੁੰਦਰੇੜੀ ਜ਼ੋਨ, ਬਲਵੇੜਾ ਜ਼ੋਨ 'ਚ ਵੰਡਿਆ ਹੋਇਆ। ਟੀਮਾਂ ਤਿਆਰ ਨੇ, 270 ਬੂਥ ਨੇ, 270 ਬੂਥਾਂ ਦੇ ਮੈਂ 5 ਮੈਂਬਰੀ ਤਾਂ ਮਿਨੀਮਮ ਹੈ, ਕਿਤੇ ਕਿਤੇ ਸਾਡੇ 10-10 8-8 ਮੈਂਬਰ ਵੀ ਹੈਗੇ ਨੇ, ਠੀਕ ਹੈ ਨਾ। ਮੇਰੀ ਤਾਂ ਤਿਆਰੀ ਹੈ, ਮੈਂ ਜਿੱਦਣ ਵਿਗਲ ਵਗਿਆ ਇਸ ਤੋਂ ਪਹਿਲਾਂ ਹੀ ਤਿਆਰੀ ਕਰ ਰਿਹਾ ਸੀ। ਨੁੱਕੜ ਮੀਟਿੰਗਾਂ, ਮੈਂ ਕਹਿੰਦਾ ਵੀ ਪੂਰੇ ਪੰਜਾਬ ਦੇ ਵਿੱਚ ਕੋਈ ਬੰਦਾ ਦਿਖਾ ਦੇ ਮੇਰੇ ਜਿੰਨੀਆਂ ਨੁੱਕੜ ਮੀਟਿੰਗਾਂ। ਦੇਖੋ ਨੁੱਕੜ ਮੀਟਿੰਗਾਂ ਮੈਂ ਮਤਲਬ ਤਾਂ ਕਹਿ ਰਿਹਾ ਵੀ ਨੁੱਕੜ ਮੀਟਿੰਗ ਆ ਉਹ ਕਰ ਸਕਦਾ, ਪਬਲਿਕ ਦੇ ਵਿੱਚ ਉਹ ਜਾ ਸਕਦਾ ਜੋ ਬੰਦਾ ਸਾਫ਼ ਹੈ, ਇਮਾਨਦਾਰ ਹੈ। ਨਹੀਂ ਪੁਰਾਣੇ ਬੰਦੇ ਤਾਂ ਜਾਂਦੇ ਹੀ ਨਹੀਂ ਬਾਈ, ਡਰਦੇ ਨੇ, ਕੋਈ ਬਸ ਵੱਡੀ ਰੈਲੀ ਕਰ ਲੈਂਦੇ ਨੇ, ਉਹਦੇ 'ਚ ਕੀ ਹੁੰਦਾ ਵੀ ਹਾਂ ਸੱਤਾ ਦੀ ਤਾਕਤ ਹੁੰਦੀ ਹੈ, ਉੱਥੇ ਬੰਦੇ ਬੁਲਾ ਲਏ ਆਉਣਾ ਪੈਂਦਾ, ਹੈ ਨਾ, ਤੁਹਾਨੂੰ ਪਤਾ ਹੀ ਹੈ ਸਰਕਾਰ ਸੱਤਾ ਦੀ ਤਾਕਤ ਨਾਲ ਇਕੱਠ ਕਰਨਾ ਕਿੰਨਾ ਔਖਾ ਹੈ। ਪਰ ਜਿਹੜੀਆਂ ਨੁੱਕੜ ਮੀਟਿੰਗਾਂ ਇਹ ਉਹੀ ਹੌਸਲਾ ਕਰ ਸਕਦਾ ਜੋ ਲੋਕਾਂ ਨਾਲ ਜੁੜਿਆ ਹੋਇਆ। ਅਗਲਾ 20 ਸਵਾਲ ਪੁੱਛਦਾ ਨਹੀਂ ਵੀ ਹਾਂ ਭਾਈ ਕਿਵੇਂ ਆ, ਜੇ ਤੁਸੀਂ ਕੰਮ ਨਹੀਂ ਕੀਤਾ ਤੁਸੀਂ ਲੋਕਾਂ ਜਾ ਹੀ ਨਹੀਂ ਸਕਦੇ, ਲੋਕ ਗਲ ਪੈਂਦੇ ਨੇ। ਹੁਣ ਮੈਂ ਆ, ਮੇਰੇ ਲੋਕ ਨੇ, ਉਹਨਾਂ ਨੂੰ ਚੌ ਚੜ੍ਹ ਜਾਂਦਾ ਵੀ ਜਿੰਮੀ ਆ ਗਏ, ਸੋ ਮੈਂ ਲੈਣ ਤਾਂ ਮੈਂ ਜਿੰਨੀਆਂ ਨੁੱਕੜ ਮੀਟਿੰਗਾਂ ਕੀਤੀਆਂ, ਪੈਦਲ ਯਾਤਰਾ ਕੀਤੀ ਪੂਰੇ ਹਲਕੇ ਦੇ ਵਿੱਚ, ਰੋਡ ਸ਼ੋ, ਅਬਜ਼ਰਵਰਾਂ ਦੇ ਪ੍ਰੋਗਰਾਮ, ਜੋ ਪਾਰਟੀ ਨੇ ਕਿਹਾ ਮਤਲਬ ਮੈਂ ਪਹਿਲਾਂ ਕੰਮ ਛੱਡ ਦਿਉ ਮੇਰਾ ਪਾਰਟੀ ਲਈ ਉਹ ਛੱਡ ਦਿਉ। ਪਰ ਜਿਹੜੀ ਹੁਣ ਵੀ ਡਿਊਟੀ ਸੀ ਉਹ ਵੀ ਤੁਸੀਂ ਦੇਖੋ ਵੀ ਇੱਕ ਆਮ ਕਿਸਾਨ ਦਾ ਮੁੰਡਾ ਹੋਣ ਦੇ ਬਾਵਜੂਦ ਲਿਮਿਟਿਡ ਜੇ ਸੋਰਸਿਸ ਨੇ ਮੇਰੇ ਕੋਲ, ਹੈ ਨਾ, ਦੇਖੋ ਮੈਂ ਫਿਰ ਵੀ ਲੜਾਈ ਲੜ ਰਿਹਾ। ਕੀ ਲੱਗਦਾ ਟਿਕਟ ਨੂੰ ਲੈ ਕੇ ਦਿੱਲੀ ਦਾ ਕਿਹੜਾ ਲੱਗੇਗਾ, ਮਿਲੋਗੇ ਰਾਹੁਲ ਗਾਂਧੀ ਨੂੰ? ਦੇਖੋ ਰਾਹੁਲ ਗਾਂਧੀ ਜੀ ਨੂੰ ਤਾਂ ਉਹ ਤਾਂ ਸਾਨੂੰ ਹਮੇਸ਼ਾ ਹੀ ਦੇਖਦੇ ਰਹਿੰਦੇ ਨੇ ਨਾ, ਜਿਹੜੀਆਂ ਉਹਨਾਂ ਦੀਆਂ ਟੀਮਾਂ ਨੇ, ਸ਼੍ਰੀ ਨਿਵਾਸ ਜੀ, ਕ੍ਰਿਸ਼ਨਾ, ਐਲੋਵੇਰਾ ਜੀ, ਮਤਲਬ ਜਿਹੜੀ ਉਹਨਾਂ ਦੀ ਟੀਮ ਹੈ ਨਾ ਉਹ ਸਾਨੂੰ ਦੇਖਦੀ ਰਹਿੰਦੀ ਹੈ। ਮੈਂ ਜਦੋਂ ਪੰਜਾਬ ਪ੍ਰਧਾਨਗਿਰੀ ਚੋਣ ਲੜਿਆ ਸੀ ਬਾਈ, ਬਹੁਤ ਸਾਡੇ ਸਾਥੀ, ਕੋਈ ਦਿੱਲੀ ਬੈਠਾ ਸੀ, ਕੋਈ ਕਿਤੇ ਬੈਠਾ ਸੀਗਾ, ਹੈ ਨਾ, ਵੱਡੇ ਵੱਡੇ ਮਿਨਿਸਟਰਾਂ ਦੇ ਵੀ ਮੁੰਡੇ ਸੀ, ਹਾਲਾਂਕਿ ਸਾਡੇ ਭਰਾ ਨੇ ਉਹ ਵੀ ਕੰਮ ਕਰਦੇ ਨੇ ਸਾਡੇ ਨਾਲ ਵੀ, ਪਰ ਉਹਨਾਂ ਦਾ ਨਾਂ ਨਹੀਂ ਆਇਆ ਸੀ। ਪਰ ਜਿੰਮੀ ਡਕਾਲਾ ਨੂੰ ਜਦੋਂ ਇੰਟਰਵਿਊ ਲਏਗੀ, ਮੈਨੂੰ ਕਹੇਗੇ ਵੀ ਫੋਟੋਆਂ ਦਿਖਾਓ ਆਪਣੀ ਫਾਈਲ ਤੋਂ, ਮੈਂ ਕਿਹਾ ਵੀ ਇੰਨਾ ਕੰਮ ਕਰਨ ਤੋਂ ਬਾਅਦ ਵੀ ਮੈਂ ਫਾਈਲ ਦਿਖਾਵਾਂ ਜਾਂ ਕਰਾਂ ਵੀ ਮੈਂ ਨਹੀਂ ਦਿਖਾਉਂਦਾ, ਨਾਂ ਨਾ ਪਾਇਓ। ਪਰ ਤੁਸੀਂ ਯਕੀਨ ਨਹੀਂ ਕਰੋਗੇ, ਮੈਂ ਆਪਣੇ ਘਰੇ ਬੈਠਾ ਸੀ ਅਤੇ ਮੇਰਾ ਪਹਿਲੀ ਲਿਸਟ ਦੇ ਵਿੱਚ ਪੰਜਾਬ ਦੇ 17 ਹਲਕਿਆਂ 'ਚ ਵੀਰ ਜੀ ਵੀ ਤੁਸੀਂ ਲਾ ਲਓ 7 ਬੰਦੇ ਸਿਲੈਕਟ ਹੋਏ ਸੀ, ਉਹਨਾਂ 'ਚ ਮੇਰਾ ਨਾਂ ਸੀਗਾ। ਅਤੇ ਜਦੋਂ ਮੇਰਾ ਉਦੋਂ ਆ ਗਿਆ, ਇੱਕ ਯਕੀਨ ਹੈ ਨਾ ਮੈਨੂੰ ਰਾਹੁਲ ਜੀ 'ਤੇ, ਹੁਣ ਮੈਂ ਉਹਨਾਂ ਨੂੰ ਕਹੀ ਜਾਵਾਂ ਵੀ ਮੈਨੂੰ, ਮੈਂ ਉਹਨਾਂ ਦੇ ਪਿੱਛੇ ਫਿਰੀ ਜਾਵਾਂ, ਟਿਕਟ ਦਿਉ ਟਿਕਟ ਦਿਉ। ਮੇਰਾ ਕੰਮ ਹੈ ਮਤਲਬ ਮਿਹਨਤ ਕਰਨਾ, ਵੀ ਮੇਰਾ ਫਰਜ਼ ਹੈ ਕੰਮ ਕਰਨਾ, ਉਹ ਮੈਂ ਪਹਿਲਾਂ ਤੋਂ ਹੀ ਕਰ ਰਿਹਾ, ਕੋਈ ਹੁਣ ਨਹੀਂ ਕਰਨ ਲੱਗਿਆ। ਦੇਖੋ ਮੈਂ ਭਾਅ ਜੀ 2007 'ਚ ਹੀ ਲਾ ਲਓ, 7 'ਚ ਲੱਗ ਗਿਆ ਸੀਗਾ ਕੰਮ NSOI ਕਰਕੇ, 12 ਦੀ ਇਲੈਕਸ਼ਨ 'ਚ, 17 ਦੀ 'ਚ ਮਤਲਬ ਮੈਂ ਕੰਮ ਕੀਤਾ। ਮੈਂ ਤਾਂ ਹੁਣ ਤੱਕ ਪਾਰਟੀ ਲਈ ਕੰਮ ਹੀ ਕਰ ਰਿਹਾ, ਮੈਂ ਆਪਣੇ ਲਈ ਤਾਂ ਕਦੇ ਕੁਛ ਮੰਗੇ ਹੀ ਨਹੀਂ, ਨਾ ਹੁਣ ਸਰਕਾਰ ਸੀ ਕੋਈ, ਆਪਾਂ ਕੋਈ ਜਿਹੜਾ ਸਰਕਾਰ ਦਾ ਅਹੁਦਾ ਹੁੰਦਾ ਉਹ ਨਹੀਂ ਕੋਈ ਲਿਆ। ਤਾਂ ਹੁਣ ਮੇਰਾ ਹੱਕ ਹੈ, ਮੈਂ ਚਾਹੁੰਦਾ ਵੀ ਜੇ ਮੈਂ ਮੇਰੇ ਲੋਕਾਂ ਲਈ ਕੁਛ ਕਰਨਾ ਪੰਜਾਬ ਲਈ, ਮੈਨੂੰ ਵਿਧਾਨ ਸਭਾ ਜਾਣਾ ਹੀ ਪਊ, ਹੋਰ ਕੋਈ ਹੱਲ ਨਹੀਂ। ਸੋ ਹੁਣ ਤਾਂ ਪਾਰਟੀ ਮੈਨੂੰ ਆਪਣੇ ਆਪ ਮਤਲਬ, ਮੈਨੂੰ ਆਸ ਹੈ ਰਾਹੁਲ ਜੀ 'ਤੇ, ਸਾਡੀ ਟੀਮ ਦੇ ਉੱਤੇ ਵੀ ਜ਼ਰੂਰ, ਕਿਉਂਕਿ ਮੈਨੂੰ ਮੇਰੇ ਨਾਲ ਇਕੱਲਾ ਜਿੰਮੀ ਨਹੀਂ ਜੁੜਿਆ ਹੋਇਆ, ਹੋਰ ਪਤਾ ਨਹੀਂ ਕਿੰਨੇ ਹਜ਼ਾਰਾਂ ਨੌਜਵਾਨ ਨੇ ਜਿਹੜੇ ਜਿੰਮੀ ਕਨੀ ਦੇਖਦੇ ਨੇ। ਇਕੱਲੇ ਪਟਿਆਲਾ ਲੋਕ ਸਭਾ ਦੇ ਵਿੱਚ ਨਹੀਂ ਵੀਰ ਜੀ, ਮੈਂ ਕਹੂੰਗਾ ਵੀ ਇਹ ਇਕੱਲਾ ਸਮਾਣੇ ਨਹੀਂ ਜਾਂ ਨਾਭੇ ਨਹੀਂ, ਪਟਿਆਲੇ ਕੋਈ ਸੰਗਰੂਰ ਬੈਠਾ, ਕੋਈ ਭਰਾ ਮੇਰਾ ਬਠਿੰਡੇ ਬੈਠਾ, ਕੋਈ ਹਰਿਆਣੇ 'ਚ ਬੈਠਾ, ਉਹ ਦੇਖ ਰਹੇ ਯਾਰ ਵੀ ਜਿੰਮੀ ਨੂੰ ਟਿਕਟ ਮਿਲੂਗੀ। ਉਹਨਾਂ ਨੂੰ ਵੀ ਜੇ ਜਿੰਮੀ ਨੂੰ ਟਿਕਟ ਮਿਲੀ ਤਾਂ ਕੱਲ੍ਹ ਨੂੰ ਸਾਨੂੰ ਵੀ ਮੌਕਾ ਮਿਲੂਗਾ, ਪਰ ਜੇ ਜਿੰਮੀ ਨੂੰ ਟਿਕਟ ਨਹੀਂ ਮਿਲਦੀ ਤਾਂ ਇਕੱਲੇ ਜਿੰਮੀ ਦਾ ਨਹੀਂ, ਬਹੁਤ ਨੌਜਵਾਨਾਂ ਦਾ ਪਾਰਟੀ ਤੋਂ, ਸੰਗਠਨ ਤੋਂ। ਫਿਰ ਕੋਈ ਮਿਹਨਤ ਨਹੀਂ ਕਰਿਆ ਕਰੂ, ਅਗਲਾ ਕਰੂ ਵੀ ਕਿਸੇ ਲੀਡਰ ਨੂੰ ਫੜੋ, ਸੈਟਿੰਗ ਕਰੋ, ਫਿਰ ਪਾਰਟੀ ਲਈ ਕੰਮ ਕਿਹਨੇ ਕਰਨਾ? ਸਗੋਂ ਰਾਹੁਲ ਜੀ ਨੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਨੇ ਉਹ, ਜੇ ਸੰਗਠਨ ਨੂੰ ਅੱਜ BJP, ਕਿਉਂਕਿ BJP ਨਾਲ ਲੜਨਾ ਤਾਂ ਸਟਰੋਂਗ ਲੋਕਾਂ ਦੀ ਲੋੜ ਹੈ, ਤਾਂ ਫਿਰ ਉਹ ਲੋਕ ਤਾਂ ਹੀ ਆਉਣਗੇ ਨਾ ਜੇ ਆਪਾਂ ਸੰਗਠਨ ਦੇ ਵਿੱਚ ਵਿਸ਼ਵਾਸ ਬਣਾਵਾਂਗੇ ਲੋਕਾਂ ਦਾ। ਜੇ ਤੁਸੀਂ ਐਂ ਕਰਨ ਲੱਗ ਗਏ ਵੀ ਹਾਂ, ਦੇਖੋ ਕਈ ਲੋਕ ਜਿਹੜੇ ਰਵਾਇਤੀ ਲੋਕਾਂ ਨੂੰ ਹੁਣ ਤੱਕ ਤਾਕਤ ਮਿਲੀ ਰਹੀ ਹੈ, ਉਹ ਤਾਂ ਉਦੋਂ ਹੀ ਭੱਜ ਜਾਂਦੇ ਨੇ। ਦੇਖੋ ਕਈ ਲੋਕ ਇਹੋ ਜਿਹੇ ਜਿਨ੍ਹਾਂ ਨੇ ਹੁਣ ਤੱਕ ਪਾਰਟੀ ਤੋਂ ਲੈ ਹੀ ਲਿਆ, ਅਤੇ ਜੇ ਕਿਤੇ ਪਾਰਟੀ ਲਈ ਹਾਰਡ ਡਿਸੀਜਨ ਲੈਣਾ ਪੈਂਦਾ ਉਹ ਭੱਜ ਜਾਂਦੇ ਨੇ। ਸਾਡੇ ਵਰਗੇ ਫਿਰ ਵੀ ਪਾਰਟੀ ਨਾਲ ਖੜੇ ਨੇ, ਸੋ ਪਾਰਟੀ ਇਸ ਵਾਰ ਪਾਰਟੀ ਨੂੰ ਸਟਰੋਂਗ ਕਰਨ ਲੱਗੇ ਹੋਏ ਨੇ ਰਾਹੁਲ ਜੀ, ਹਾਈ ਕਮਾਂਡ ਵੀ, ਸੋ ਸਟਰੋਂਗ ਲੋਕਾਂ ਨੂੰ ਮਤਲਬ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੈ ਕੇ ਆਊਗੀ, ਅਤੇ ਮੈਨੂੰ ਉਮੀਦ ਹੈ ਵੀ ਮੈਨੂੰ ਟਿਕਟ ਜ਼ਰੂਰ ਮਿਲੂਗੀ, ਮੇਰੀ ਮੈਰਿਟ ਦੇ ਆਧਾਰ 'ਤੇ ਮਿਲੇਗੀ। ਤਾਂ ਇਹ ਮੇਰੇ ਨਾਲ ਯੂਥ ਕਾਂਗਰਸ ਪੰਜਾਬ ਦੇ ਜਨਰਲ ਸੈਕਟਰੀ ਧਨਵੰਤ ਸਿੰਘ ਜਿੰਮੀ ਡਿਕਾਲਾ ਸੀ, ਜਿਨ੍ਹਾਂ ਦਾ ਕਹਿਣਾ ਸੀ ਕਿ ਜ਼ਮੀਨੀ ਸਤਰ ਦੇ ਉੱਤੇ ਉਹਨਾਂ ਨੇ ਪਾਰਟੀ ਲਈ ਕੰਮ ਕੀਤਾ, ਪਿਛਲੇ 14 ਸਾਲ ਤੋਂ ਪਾਰਟੀ ਦੇ ਜੁੜੇ ਹੋਏ ਆ। ਜਿਹੜੀਆਂ ਨੀਤੀਆਂ ਦੀ ਗੱਲ ਕਰ ਰਿਹਾ ਕਿ ਰਾਹੁਲ ਗਾਂਧੀ ਨੀਤੀਆਂ ਲੈ ਕੇ ਆਏ ਪੰਜਾਬ ਵਿੱਚ ਯੂਥ ਵਾਸਤੇ, ਔਰ ਨਵਜੋਤ ਸਿੰਘ ਸਿੱਧੂ ਦੀ ਵੀ ਇਹ ਗੱਲ ਕਰਦੇ ਹਾਂ ਕਿ ਜਿਹੜੇ ਪੰਜਾਬ ਮਾਡਲ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਕਿੱਥੇ ਨਾ ਕਿੱਥੇ ਲੱਗਦਾ ਵੀ ਇਸ ਵਾਰ ਪੁਰਾਣੇ ਚੇੜਿਆਂ ਨੂੰ ਛੱਡ ਕੇ ਯੂਥ ਨੂੰ, ਨੌਜਵਾਨਾਂ ਨੂੰ ਮੌਕਾ ਮਿਲੇਗਾ, ਔਰ ਇਸੇ ਦੇ ਆਧਾਰ 'ਤੇ ਇਹ ਟਿਕਟ ਵੀ ਮੰਗ ਰਹੇ ਹਾਂ, ਕਿਉਂਕਿ
जुड़े हुए हैं पार्टी ना, पुराने समय तो जुड़े हुए हैं और लगातार पार्टी लिए काम कर रहे हैं, तो कितने ना कितने एक उम्मीद जगाई बैठे हैं कि इस बार पार्टी उन्होंने टिकट दे के सम्मान देगी। तुसी जुड़े रहो जनहितैषी नाल, इस तरह ही तुहानू नवे चेहरिया नाल रूबरू कराते रहेंगे। कैमरामैन अविनाश के नाल जनहितैषी लई पटियाला तो चरणजीत सिंह कोहली की रिपोर्ट। यदि आपको हमारी ये वीडियो पसंद आई तो हमारे चैनल को लाइक शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।